ਯਾ ਪਰਵਰਦਿਗਾਰ ਹਰ ਲੰਮਾ ਮਾਫ਼ੀ ਦਾ ਮੈਂ ਤਲਬਗਾਰ ਬਿਸਮਿਲ੍ਲਾਹਿ ਰਹਿਮਾਨ ਰਹੀਮ। ਕੁਝ ਸੱਚੀਆਂ ਅਤੇ ਕੁਝ ਕੌੜੀਆਂ ਗੱਲਾਂ ਦੇ ਨਾਲ ਤੁਹਾਡਾ ਭਾਈ ਤੁਹਾਡੀ ਖਿਦਮਤ 'ਚ ਹਾਜ਼ਰ ਅਤੇ ਸਲਾਮ ਅਰਜ਼ ਕਰਦਾ। ਹਸੀਨਾ ਸ਼ੇਖ ਜਿਹੜੀਆਂ ਵਾ ਉਹ ਜਿਸ ਤਰ੍ਹਾਂ ਤੁਹਾਨੂੰ ਮਾਲੂਮ ਆ ਗਏ, ਅਸੀਫਾ ਦੇਣ ਤੋਂ ਬਾਅਦ ਵਤਨ ਤੋਂ ਫਰਾਰ ਹੋ ਕੇ ਜਬਰ ਤਸ਼ੱਦਦ ਦੀ ਕਹਾਣੀ ਰਕਮ ਕਰਕੇ ਚਾਰ ਦਫ਼ਾ ਦੀ ਵਜ਼ੀਰ ਆਜ਼ਮ ਬਣਨੇ ਤੋਂ ਬਾਅਦ ਔਰ ਉੱਥੇ ਦੇ ਅਦਾਰਿਆਂ ਨੂੰ ਕਰਪਟ ਕਰਕੇ ਉੱਥੇ ਦੇ ਨਿਜ਼ਾਮ ਨੂੰ ਕਰਪਟ ਕਰਕੇ ਜਿੱਦਾਂ ਦਾ ਨਿਜ਼ਾਮ ਇਸ ਵਕਤ ਪਾਕਿਸਤਾਨ ਦੇ ਅੰਦਰ ਚਲਾਇਆ ਜਾ ਰਿਹਾ, ਉਸ ਨਿਜ਼ਾਮ ਨੂੰ ਜਿਹੜਾ ਵਾ ਇਸ ਪਾਕਿਸਤਾਨ ਵਾਲੇ ਜਿਹੜੇ ਲੋਕ ਆ ਇਹਨਾਂ ਨੇ ਕਬੂਲ ਕੀਤਾ ਸੀ ਉਸ ਵੇਲੇ, ਅਤੇ ਇਹ ਬਿਆਨ ਦਿੱਤੇ ਜਾ ਰਹੇ ਸੀ ਕਿ ਜਿਹੜਾ ਬੰਗਲਾਦੇਸ਼ੀ ਨਿਜ਼ਾਮ ਆ ਉਹਦੀ ਮੁਇਸ਼ਤ ਮੁਸਤਹਕਮ ਆ, ਹਾਲਾਂਕਿ 1971 'ਚ ਉਹ ਜਿਹੜਾ ਆਜ਼ਾਦ ਹੋਇਆ ਸੀ ਔਰ ਉਹ ਜਿਹੜਾ ਅਡਾਪਟ ਕੀਤਾ ਜਾਵੇ ਉਹਦੇ ਪੈਟਰਨ ਦੇ ਉੱਤੇ ਅਮਲ ਕਰਦੇ ਹੋਏ ਜਿਹੜਾ ਸਿਆਸੀ ਰਹਿਨਮਾ ਸੀ ਉਹਨਾਂ ਨੇ ਜਿਹੜੀ ਜੋ ਕੁਛ ਆ ਤੋੜ ਫੋੜ ਪਾਕਿਸਤਾਨ ਦੇ ਅੰਦਰ ਹੋਈ ਆ 28-30 ਮਹੀਨਿਆਂ ਦੇ ਅੰਦਰ, ਉਹ ਸਾਰਾ ਬੰਗਲਾਦੇਸ਼ੀ ਨਿਜ਼ਾਮ ਸੀ, ਯਾਨੀ ਹਸੀਨਾ ਸ਼ੇਖ ਦੇ ਜਿਹੜੇ ਅਕਵਾਲੇ ਜ਼ਰਰੀ ਸੀ ਜਾਂ ਉਹਦੇ ਅਸੂਲ ਸੀ ਉਹਨਾਂ ਨੂੰ ਅਪਣਾਉਣ ਦੀ ਕੋਸ਼ਿਸ਼ ਕੀਤੀ ਸੀ ਔਰ ਉਹਦਾ ਅੰਜਾਮ ਜਿਹੜਾ ਹੋਇਆ ਕਿ ਉਹਨੂੰ ਮੁਲਕ ਛੱਡ ਕੇ ਜਾਣਾ ਪਿਆ, ਆਪਣਾ ਖਾਣਾ ਵੀ ਉਹਨੂੰ ਜਿਹੜਾ ਨਸੀਬ ਨਾ ਹੋਇਆ ਜਿਹੜਾ ਉਹਦੇ ਵਾਸਤੇ ਤਿਆਰ ਕੀਤਾ ਗਿਆ। ਉਸ ਤੋਂ ਬਾਅਦ ਉਹ ਜਿਹੜੇ ਇੰਡੀਆ ਲੈਂਡ ਕਰ ਗਈ, ਇੰਡੀਅਨ ਅਜੀਤ ਦੋਵਲ ਜਿਹੜੇ ਆ ਉਹਨਾਂ ਨੇ ਉਹਨੂੰ ਜਿਹੜਾ ਉਹ ਪ੍ਰੋਟੋਕੋਲ ਦਿੱਤਾ, ਪ੍ਰੋਟੋਕੋਲ ਦੇਣ ਤੋਂ ਬਾਅਦ ਉਹ ਇਸ ਵਕਤ ਮੌਜੂਦਾ ਜਿਹੜੀ ਆ ਉਹ ਅਗਰਤਲਾ ਜਿਹੜੀ ਰਿਆਸਤ ਆ ਉਹਦੇ ਵਿੱਚ ਜਿਹੜਾ ਜ਼ਰਾਏ ਦੇ ਮੁਤਾਬਕ ਆ ਉੱਥੇ ਮੌਜੂਦ ਆ। ਔਰ ਉਸ ਤੋਂ ਬਾਅਦ ਡਾਕਟਰ ਮੁਹੰਮਦ ਯੂਨਸ ਨੋਬਲ ਇਨਾਮ ਯਾਫਤਾ ਜਿਹੜੇ ਆ ਉਹ ਵੀ ਇਹਨਾਂ ਦੇ ਜ਼ੇਰੇ ਅਤਾਬ ਰਹੇ ਆ, ਫਿਰ ਮੁਲਕ ਛੱਡ ਕੇ ਚਲੇ ਗਏ। ਬੇਸਿਕਲੀ ਉਹ ਬੈਂਕਰ ਆ ਔਰ ਬੈਂਕਰ ਹੋਣ ਦੀ ਹਸੀਅਤ ਨਾਲ ਉਹਨਾਂ ਨੇ ਬਹੁਤ ਜਿਹੜੇ ਆ ਲੋਕਾਂ ਨੂੰ, ਗਰੀਬ ਲੋਕਾਂ ਨੂੰ ਉੱਥੇ ਜਿਹੜਾ ਕਰਜ਼ੇ ਦਿੱਤੇ, ਕਰਜ਼ੇ ਦੇਣ ਤੋਂ ਬਾਅਦ ਉਹਨਾਂ ਦੀ ਜਿਹੜੀ ਆ ਹਾਲਤ ਬਿਹਤਰ ਕਰਨ ਦੀ ਕੋਸ਼ਿਸ਼ ਕੀਤੀ। ਜਿੱਦਾਂ ਪਾਕਿਸਤਾਨ ਦੇ ਅੰਦਰ ਅਦਾਰਾ ਵਾ ਅਖੂਅਤ ਉਹ ਵੀ ਕਰਦਾ, ਲੇਕਿਨ ਉਹ ਸੂਦ ਤੋਂ ਬਗੈਰ ਕੰਮ ਕਰਦਾ। ਜਿਹੜੇ ਡਾਕਟਰ ਮੁਹੰਮਦ ਯੂਨਸ ਆ ਇਹਨਾਂ ਨੇ ਜਿਨ੍ਹਾਂ ਜਿਨ੍ਹਾਂ ਬੰਗਾਲੀਆਂ ਨੂੰ ਜਾਂ ਜਿਹੜੇ ਜਿਹੜੇ ਲੋਕ ਸੀ ਉਹਨਾਂ ਨੂੰ ਕਰਜ਼ਾ ਦਿੱਤਾ ਉਹ ਸੂਦੀ ਨਿਜ਼ਾਮ ਦੇ ਤਹਿਤ ਸੀ, ਇਸ ਵਾਸਤੇ ਉਹਨੂੰ ਨੋਬਲ ਇਨਾਮ ਮਿਲਿਆ। ਔਰ ਨੋਬਲ ਇਨਾਮ ਮਿਲਣ ਦੇ ਨਾਲ ਨਾਲ ਜਿਹੜਾ ਵਾ ਉਹਨਾਂ ਨੂੰ ਹੁਣ ਜਿਹੜਾ ਸਰਬਰਾਹ ਬਣਾਇਆ ਜਾ ਰਿਹਾ ਵਾ, ਨਿਗਰਾਨ ਸੈਟਅਪ ਆਏਗਾ ਜਾਂ ਇਹ ਸੈਟਅਪ ਜਿਹੜਾ ਕਿਤਨੀ ਦੇਰ ਤੱਕ ਚੱਲੇਗਾ। ਜਿਹੜਾ ਇਹਨਾਂ ਦਾ ਨਾਮ ਜਿਹੜਾ ਤਜਵੀਜ਼ ਕੀਤਾ ਗਿਆ ਸੀ ਉਹ ਜਿਹੜੀ ਸਟੂਡੈਂਟ ਆਰਗਨਾਈਜੇਸ਼ਨ ਜਿਹਨੇ ਇਹ ਸਾਰਾ ਨਿਜ਼ਾਮ ਉਲਟ ਪੁਲਟ ਕੀਤਾ ਉਹਨਾਂ ਦੀ ਤਰਫੋਂ ਆਇਆ ਸੀ। ਔਰ ਇਹਦੇ ਨਾਲ ਨਾਲ ਜਿਹੜੀ ਬੰਗਲਾਦੇਸ਼ ਦੇ ਅੰਦਰ ਆਰਮੀ ਦੇ ਅੰਦਰੋਂ ਬਿਊਰੋਕਰੇਸੀ ਦੇ ਅੰਦਰੋਂ ਬਹੁਤ ਸਾਰੇ ਲੋਕ ਜਿਹੜੇ ਆ ਗ੍ਰਿਫਤਾਰ ਕੀਤੇ ਜਾ ਰਹੇ ਆ, ਜਿਹੜੇ ਕੁਛ ਮੁਦਰਾ ਜਿਹੜੇ ਉਹਨਾਂ ਨੇ ਦੌੜਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੂੰ ਏਅਰਪੋਰਟਾਂ ਤੋਂ ਗ੍ਰਿਫਤਾਰ ਕੀਤਾ ਜਾ ਰਿਹਾ। ਉੱਥੇ ਇਸ ਵਕਤ ਪੋਜੀਸ਼ਨ ਇਹ ਆ, ਬੰਗਲਾਦੇਸ਼ੀ ਸੁਪਰੀਮ ਕੋਰਟ ਬਾਹਰ ਦੇ ਜਿਹੜੇ ਪ੍ਰੈਜ਼ੀਡੈਂਟ ਆ ਮਹਿਬੂਬਉਦੀਨ ਉਹਨਾਂ ਦੀ ਤਰਫੋਂ ਜਿਹੜਾ ਇੱਕ ਐਲਾਨੀਆ ਜਾਰੀ ਹੋਇਆ ਔਰ ਕੱਲ੍ਹ ਵਕਲਾ ਜਿਹੜੇ ਆ ਉਹਨਾਂ ਨੇ ਇਤਜਾਜ਼ ਕੀਤਾ ਕਿ ਜਿਹੜਾ ਭਾਰਤ ਆ ਉਹਨੇ ਜਿਹੜੀ ਹਸੀਨਾ ਸ਼ੇਖ ਸਾਹਿਬ ਆ ਉਹਨੂੰ ਜਿਹੜਾ ਪਨਾਹ ਦਿੱਤੀ ਆ ਇਹ ਭਾਰਤ ਔਰ ਬੰਗਲਾਦੇਸ਼ ਦੇ ਤਾਲੁਕਾਤ ਦੇ ਵਿੱਚ ਦਰਾਰ ਦਾ ਬਾਇਸ ਬਣੇਗੀ। ਉਹਨਾਂ ਨੇ ਜਿਹੜਾ ਮਹਿਬੂਬਉਦੀਨ ਸਾਹਿਬ ਆ ਉਹਨਾਂ ਨੇ ਡਿਮਾਂਡ ਕੀਤੀ ਆ ਕਿ ਇਹਨਾਂ ਦੋਨਾਂ ਸਿਸਟਰਾਂ ਨੂੰ ਗ੍ਰਿਫਤਾਰ ਕਰਕੇ ਬੰਗਲਾਦੇਸ਼ੀ ਹਕੂਮਤ ਦੇ ਹਵਾਲੇ ਕੀਤਾ ਜਾਵੇ, ਜੋ ਇਹਨੇ ਜਬਰ ਕੀਤਾ, ਜੋ ਤਸ਼ੱਦਦ ਕੀਤਾ, ਜੋ ਕਾਤਲਾਨਾ ਨਿਜ਼ਾਮ ਉੱਥੇ ਚਲਾਇਆ, ਯਾਨੀ 400 ਬੰਦਾ ਤਾਂ ਇਹ ਮਰ ਗਿਆ। ਔਰ ਇਸ ਜਿਹੜੇ ਦੌਰੇ ਦਾ ਜਿਹੜਾ 12-15 ਸਾਲ ਜਿਹੜਾ ਇਹ ਵਜ਼ੀਰ ਆਜ਼ਮ ਰਹੀ ਆ, ਚਾਰ ਦਫ਼ਾ ਦੀ ਵਜ਼ੀਰ ਆਜ਼ਮ ਆ ਤਕਰੀਬਨ ਰਹੀ ਆ, ਅਤੇ ਇਹਦੇ ਵਿੱਚ ਜੋ ਦੱਸਿਆ ਜਾ ਰਿਹਾ ਜ਼ਰਾਏ ਦੇ ਮੁਤਾਬਕ ਕਿ 20-30 ਹਜ਼ਾਰ ਆਦਮੀ ਜਿਹੜਾ ਵਾ ਉਹ ਲਾਪਤਾ ਵੀ ਕੀ ਹੋਇਆ ਔਰ ਇਸ ਇੰਨੀ ਕੁ ਤਾਦਾਦ ਦੇ ਵਿੱਚ ਲੋਕ ਜਿਹੜੇ ਆ ਉਹ ਲੁਕਮਾਏ ਅਜਰ ਬਣੇ, ਯਾਨੀ ਉਹ ਗਾਇਬ ਹੋ ਗਏ, ਗਾਇਬ ਹੋਣ ਤੋਂ ਬਾਅਦ ਜਿਹੜੇ ਆ ਵਾਪਸ ਨਾ ਆ ਸਕੇ। ਜਿਹਦੀ ਸਭ ਤੋਂ ਬੜੀ ਇੱਕ ਮਿਸਾਲ ਆ ਕਿ ਅਹਿਮਦ ਬਿਨ ਕਾਸਮ ਇੱਕ ਐਡਵੋਕੇਟ ਸੀ ਔਰ ਉਹ 8 ਸਾਲ ਹੋ ਗਏ ਸੀ ਉਹਨਾਂ ਨੂੰ ਲਾਪਤਾ ਹੋਇਆ ਨੂੰ, ਉਹਨਾਂ ਦੀ ਨਮਾਜ਼ ਜਨਾਜ਼ਾ ਵੀ ਪੜ੍ਹਾ ਦਿੱਤੀ ਗਈ ਸੀ। ਕੱਲ੍ਹ ਜਿਸ ਵਕਤ ਰਜੀਮ ਚੇਂਜ ਮੁਕੰਮਲ ਹੋ ਗਿਆ, ਉੱਥੇ ਹਕੂਮਤ ਜਿਹੜੀ ਆ ਉਹ ਤਬਦੀਲ ਹੋ ਗਈ, ਹਸੀਨਾ ਸ਼ੇਖ ਜਿਹੜੀ ਆ ਮੁਲਕ ਛੱਡ ਕੇ ਚਲੀਆਂ ਗਈਆਂ, ਉਸ ਤੋਂ ਬਾਅਦ ਉਹਨਾਂ ਨੂੰ ਵੀ ਰਿਹਾਅ ਕਰਤਾ ਗਿਆ। ਆਰਮੀ ਦੇ ਵਿੱਚ ਇੱਕ ਸਾਹਿਬ ਸੀ, ਉਹਨਾਂ ਦਾ ਨਾਮ ਅਗਰ ਮੈਂ ਗਲਤੀ 'ਤੇ ਨਹੀਂ ਤਾਂ ਜਨਰਲ ਜ਼ਿਆਉਲ ਹੱਕ ਉਹਨਾਂ ਦਾ ਨਾਮ ਸੀ, ਉਹਨਾਂ ਨੇ ਇਹਨਾਂ ਵਾਸਤੇ ਕੰਮ ਕੀਤਾ। ਜਿਹੜੇ ਮੌਜੂਦਾ ਇਸ ਟਾਈਮ ਆਰਮੀ ਚੀਫ ਆ ਉਹ ਇਹਨਾਂ ਦੇ ਅਜ਼ੀਜ਼ ਵੀ ਆ, ਯਾਨੀ ਜਿਹੜੀ ਅਪਰ ਕਲਾਸ ਸੀ ਬੰਗਲਾਦੇਸ਼ ਦੀ, ਕਰੀਮ ਸੀ ਜਿਹੜੀ ਆਰਮੀ ਦੀ,
ਉਹ ਜਿਹੜੀ ਸੀ ਉਹਦੇ 'ਚ ਬਹੁਤ ਸਾਰੇ ਲੋਕ ਇਹਨਾਂ ਦੇ ਆਪਣੇ ਸੀ ਔਰ ਉਹਨਾਂ ਨੇ ਇਹਨਾਂ ਨੂੰ ਸਹੂਲਤਕਾਰੀ ਕੀਤੀ ਔਰ ਉਹ ਜਿਹੜੇ ਤੁਰਬਾ ਵਾ ਉਹ ਡਿਮਾਂਡ ਕਰ ਰਹੇ ਕਿ ਇਹਨਾਂ ਲੋਕਾਂ ਨੂੰ ਜਿਹੜਾ ਵਾ ਇਸ ਹਿਸਾਬ ਦੇ ਕਟਹਿਰੇ 'ਚ ਲਿਆਇਆ ਜਾਵੇ, ਜੱਜਾਂ ਨੂੰ ਵੀ ਲਿਆਇਆ ਜਾਵੇ ਔਰ ਜਿਹੜੇ ਬਿਊਰੋਕਰੇਸੀ ਦੇ ਲੋਕ ਆ ਉਹਨਾਂ ਨੂੰ ਵੀ ਕਟਹਿਰੇ ਦੇ ਵਿੱਚ ਲਿਆਇਆ ਜਾਵੇ। ਖਾਲਦਾ ਜ਼ਿਆ ਸਾਹਿਬਾ ਜਿਹੜੀਆਂ ਉਹਨਾਂ ਨੂੰ ਵੀ ਤਕਰੀਬਨ 6 ਤੋਂ 8 ਸਾਲ ਜਿਹੜੇ ਮੁਬੈਨਾ ਤੌਰ 'ਤੇ ਜਿਹੜੀ ਖਬਰ ਆ ਕਿ 6 ਤੋਂ 8 ਸਾਲ ਹੋ ਗਏ ਆ, ਯਾਨੀ ਉਹਨਾਂ ਨੂੰ ਵੀ ਇਲੈਕਸ਼ਨ ਤੋਂ ਬਾਹਰ ਕੀਤਾ ਗਿਆ। ਜਿਸ ਤਰ੍ਹਾਂ ਇਮਰਾਨ ਖਾਨ ਸਾਹਿਬ ਜਿਹੜੇ ਆ ਉਹਨਾਂ ਨੂੰ ਇਲੈਕਸ਼ਨ ਤੋਂ ਬਾਹਰ ਕੀਤਾ ਗਿਆ ਸੀ, ਬੱਲਾ ਛੀਨਿਆ ਗਿਆ, ਹਰ ਨਿਜ਼ਾਮ ਜਿਹੜਾ ਉਹਨੂੰ ਲੈਵਲ ਪਲੇਇੰਗ ਫੀਲਡ ਕੀਤਾ ਗਿਆ। ਇਹ ਸਾਰਾ ਕੁਛ ਜੋ ਪੈਟਰਨ ਬੰਗਲਾਦੇਸ਼ ਦੇ ਅੰਦਰ ਸੀ ਉਹੀ ਕੁਛ ਪਾਕਿਸਤਾਨ ਦੇ ਅੰਦਰ ਅਪਲਾਈ ਕੀਤਾ ਗਿਆ ਇਹ ਜਿਹੜਾ 2024 ਦਾ ਇਲੈਕਸ਼ਨ ਹੋਇਆ। ਔਰ ਬਾਕੀ ਜਿਹੜੇ ਪਾਕਿਸਤਾਨ ਦੇ ਅੰਦਰ ਜਿਤਨੇ ਧਾਂਦਲੀ ਜ਼ਿਆਦਾ ਇਲੈਕਸ਼ਨ ਹੋਏ, ਜਿਤਨੇ ਜ਼ਬਰ ਤਸ਼ੱਦਦ ਦੇ ਨਿਜ਼ਾਮ ਚੱਲੇ ਆ, ਯਾਨੀ ਡਿਕਟੇਟਰਾਂ ਦੇ ਦੌਰ, ਉਹਨਾਂ ਨੂੰ ਵੀ ਸਾਰਿਆਂ ਨੂੰ ਜਮ੍ਹਾਂ ਕੀਤਾ ਗਿਆ। ਔਰ ਹਸੀਨਾ ਸ਼ੇਖ ਸਾਹਿਬਾ ਦਾ ਜਿਹੜਾ ਡਿਕਟੇਟਰ ਟਾਈਪ ਜਿਹੜਾ ਜ਼ਿਹਨ ਸੀ ਉਹਨੂੰ ਵੀ ਜਮ੍ਹਾਂ ਕੀਤਾ ਗਿਆ ਔਰ ਉਹ ਸਾਰੇ ਜਿਹੜਾ ਮਜਮੂਆ ਅਪਲਾਈ ਕੀਤਾ ਗਿਆ ਪਾਕਿਸਤਾਨ ਦੇ ਉੱਤੇ, ਪਾਕਿਸਤਾਨ ਤਹਿਰੀਕ ਇਨਸਾਫ ਦੇ ਉੱਤੇ ਇਹ ਸਾਰੇ ਕੰਮ ਕੀਤੇ ਗਏ। ਔਰ ਉਹਦਾ ਅੰਜਾਮ ਹਸੀਨਾ ਸ਼ੇਖ ਸਾਹਿਬਾ ਦਾ ਕੀ ਹੋਇਆ, ਖਾਲਦਾ ਜ਼ਿਆ ਸਾਹਿਬਾ ਜਿਹੜੀਆਂ ਵਾ ਉਹਨਾਂ ਨੂੰ ਰਿਹਾਅ ਕੀਤਾ ਗਿਆ। ਕੱਲ੍ਹ ਦੇ ਦਿਨ 'ਚ ਉਹਨਾਂ ਨੂੰ ਨਹੀਂ ਪਤਾ ਸੀ ਕਿ ਮੈਂ ਅਗਲੇ ਲੰਮੇ ਜਿਹੜੀ ਆ ਆਜ਼ਾਦੀ ਦੀ ਸਾਂਸ ਲਵਾਂਗੀ, ਆਜ਼ਾਦ ਹੋ ਜਾਵਾਂਗੀ। ਇਹਦੇ ਨਾਲ ਨਾਲ ਜਮਾਤ ਇਸਲਾਮੀ ਦੇ ਬਹੁਤ ਸਾਰੇ ਕਾਰਕੁਨ ਜਿਹੜੇ ਆ ਉਹਨਾਂ ਨੂੰ ਰਿਹਾਅ ਕੀਤਾ ਗਿਆ। 13 ਸਾਲ ਬਾਅਦ ਜਿਹੜਾ ਵਾ ਉਹਨਾਂ ਦਾ ਦਫ਼ਤਰ ਜਿਹੜਾ ਵਾ ਉਹ ਖੋਲ੍ਹਿਆ ਵਾ। ਦਫ਼ਤਰ ਖੋਲ੍ਹਣ ਤੋਂ ਬਾਅਦ ਇਸ ਜਮਾਤ ਇਸਲਾਮੀ ਜਿਹੜੀ ਆ ਦੁਬਾਰਾ ਆਪਣੇ ਵਜੂਦ 'ਚ ਵਾਪਸ ਆਈ ਆ। ਔਰ ਉਹ ਲੀਗ ਜਿਹੜੀ ਅਵਾਮੀ ਲੀਗ ਉੱਥੇ ਦੀ ਸੀ ਜਿਹਦੇ ਬਾਨੀ ਜਿੱਦਾਂ ਸਾਡੇ ਵਾਸਤੇ ਕਾਇਦੇ ਆਜ਼ਮ, ਇੱਦਾਂ ਹੀ ਸ਼ੇਖ ਮੁਜੀਬੁਰ ਰਹਿਮਾਨ ਜਿਹੜਾ ਵਾ ਉਹ ਜਿਹੜਾ ਸੀ ਉਹਨੇ ਮੁਲਕ ਬਣਾ ਕੇ ਉਹਨਾਂ ਨੂੰ ਦਿੱਤਾ ਸੀ। ਕੱਲ੍ਹ ਉਹਦੇ ਪੁਤਲਿਆਂ ਦੇ ਉੱਤੇ ਜੁੱਤੀਆਂ ਵੀ ਫਿਰੀਆਂ ਅਤੇ ਉਹਦੇ ਉੱਤੇ ਮਤਲਬ ਪੁਤਲੇ ਜਿਹੜੇ ਉਹਨਾਂ ਨੂੰ ਤੋੜਿਆ ਵੀ ਗਿਆ। ਵਜ੍ਹਾ ਕੀ ਬਣੀ? ਵਜ੍ਹਾ ਇਹ ਬਣੀ ਆ ਕਿ ਆਪਣੀ ਹੀ ਔਲਾਦ ਨੇ ਆਪਣੇ ਬਾਪ ਦੇ ਸਿਰ 'ਚ ਖੇ ਪਾਈ। ਔਰ ਕੱਲ੍ਹ ਮੈਂ ਇੱਕ ਡਾਕੂਮੈਂਟਰੀ ਦੇਖ ਰਿਹਾ ਸੀ ਕਿ ਸ਼ੇਖ ਮੁਜੀਬੁਰ ਰਹਿਮਾਨ ਜਿਹੜਾ ਵਾ ਉਹਦੇ ਮਤਲਬ ਵੀ ਜਿਹੜਾ ਵਾ BBC ਨੇ ਕੀਤੀ, ਉਹ ਮੈਂ ਉਹਨਾਂ ਦੀ ਤਹਿਕੀਕ ਕਰਾਂਗਾ ਗੱਲ ਕਿ ਉਹਦੇ ਵੀ ਦੌਰ ਦੇ ਅੰਦਰ ਜਿਹੜਾ ਵਾ ਮਾਮਲਾਤ ਗੜਬੜ ਹੋਣੇ ਸ਼ੁਰੂ ਹੋ ਗਏ ਸੀ। ਜਿਸ ਵਕਤ ਉਹਦੇ 'ਤੇ ਫਿਰ ਕਾਤਲਾਨਾ ਹਮਲਾ ਕੀਤਾ ਗਿਆ, ਉਹ ਆਰਮੀ ਨੇ ਉਹਦੇ 'ਤੇ ਕਾਤਲਾਨਾ ਹਮਲਾ ਕੀਤਾ ਸੀ ਔਰ ਉਹਨੇ ਉਸ ਵਕਤ ਦੇ ਸਦਰ ਨੂੰ ਫੋਨ ਕੀਤਾ ਕਿ ਇਹ ਕੀ ਹੋ ਰਿਹਾ, ਔਰ ਇਹਦੇ ਨਾਲ ਜਿਹੜਾ ਆਰਮੀ ਚੀਫ ਉੱਥੇ ਸੀ ਉਹਨੂੰ ਕੀਤਾ, ਲੇਕਿਨ ਉਹਨਾਂ ਨੇ ਉਹਦਾ ਜਵਾਬ ਨਾ ਦਿੱਤਾ। ਔਰ ਇਸ ਦੌਰਾਨ 'ਚ ਜਿਹੜੀ ਆ ਉਹ ਸੀੜੀਆਂ ਉਤਰ ਕੇ ਥੱਲੇ ਆਏ ਅਤੇ ਉਹਨਾਂ ਨੂੰ ਫਿਰ ਉੱਥੇ ਮਾਰਤਾ ਗਿਆ। ਉਹਨਾਂ ਦੀ ਪੂਰੀ ਫੈਮਿਲੀ ਜਿਹੜੀ ਆ ਉਹ ਮਾਰਤੀ ਗਈ। ਇੱਕ 8 ਕਿ 7 ਸਾਲ ਦਾ ਬੱਚਾ ਸੀ, ਯਾਨੀ ਹਸੀਨਾ ਸ਼ੇਖ ਸਾਹਿਬ ਜਿਹੜੀਆਂ ਇਸ ਵਕਤ ਭਗੌੜੀ ਹੋ ਗਈਆਂ, ਇਹਨਾਂ ਦਾ ਇੱਕ ਭਾਈ ਸੀ ਉਹਨੂੰ ਵੀ ਮਾਰ ਦਿੱਤਾ ਗਿਆ। ਇਹ ਦੋ ਭੈਣਾਂ ਜਿਹੜੀਆਂ ਉਸ ਵਕਤ ਜਰਮਨੀ ਦੇ ਵਿੱਚ ਜਿਹੜੀਆਂ ਜ਼ੇਰੇ ਤਾਲੀਮ ਸੀ ਇਹ ਇਸ ਵਾਸਤੇ ਬਚ ਗਈਆਂ ਸੀ, ਵਰਨਾ ਉਸ ਵਕਤ ਜਿਹੜਾ ਉਹ ਆਪਰੇਸ਼ਨ ਹੋਇਆ ਸੀ ਉਹਦੇ ਵਿੱਚ ਤਮਾਮ ਖਾਨਦਾਨ ਦੇ ਅਫਰਾਦ ਔਰ ਇਹਨਾਂ ਦੇ ਰਿਸ਼ਤੇਦਾਰ ਜਿੱਥੇ ਜਿੱਥੇ ਵੀ ਸੀ ਅਹਿਮ ਪੋਸਟਾਂ ਦੇ ਉੱਤੇ ਉਹਨਾਂ ਨੂੰ ਉੜਾ ਦਿੱਤਾ ਗਿਆ ਸੀ। ਅਗਰ ਇਹ ਅਕਲਮੰਦ ਹੁੰਦੀ, ਸਬਰ ਔਰ ਸ਼ੁਕਰ ਨਾਲ ਚੱਲਦੀ, ਜਿਸ ਤਰ੍ਹਾਂ ਇਹਨੇ ਮੁਲਕ ਦੀ ਇਕਾਨੋਮੀ ਨੂੰ ਬਿਹਤਰ ਕੀਤਾ, ਇਹ ਹਕੀਕਤ ਆ ਕਿ ਉਹ ਮੁਲਕ ਜਿਹੜਾ ਸਾਡੇ ਤੋਂ ਬਾਅਦ 'ਚ ਆਜ਼ਾਦ ਹੋਇਆ 1971 'ਚ ਆਜ਼ਾਦ ਹੋਇਆ ਔਰ ਅਸੀਂ ਜਿਹੜੇ ਆ ਅਸੀਂ 1947 'ਚ ਆਜ਼ਾਦ ਹੋਏ, ਸਾਨੂੰ 77 ਸਾਲ ਹੋ ਗਏ ਆ ਇਹਨਾਂ ਨੂੰ, ਉਸ ਤੋਂ 20 ਸਾਲ ਬਾਅਦ ਇਹ ਆਜ਼ਾਦ ਹੋ ਗਏ ਸੀ, ਅਲੱਦਾ ਹੋ ਗਏ ਸੀ ਔਰ ਇਹਨਾਂ ਦਾ ਜਿਹੜੀ ਇਕਾਨੋਮੀ ਆ ਉਹ ਤਕਰੀਬਨ ਜਿਹੜੀ ਦੱਸੀ ਜਾ ਰਹੀ ਕਿ 60 ਅਰਬ ਡਾਲਰ ਦੇ ਨਜ਼ਦੀਕ ਆ ਰਿਜ਼ਰਵ ਅਮਾਊਂਟ ਸੀ, ਯਾਨੀ ਕੋਈ 55 ਕਹਿੰਦਾ ਕੋਈ 60 ਕਹਿੰਦਾ ਔਰ ਪਾਕਿਸਤਾਨ ਦੇ ਜਿਹੜੇ ਰਿਜ਼ਰਵ ਉਹ ਇੱਕ ਸਵਾਲੀਆ ਨਿਸ਼ਾਨ ਆ। ਔਰ ਸਿਰਫ ਵਜ੍ਹਾ ਇਹ ਹੋਈ ਆ ਕਿ ਇਸ ਔਰਤ ਨੇ ਜਬਰ ਤਸ਼ੱਦਦ ਜ਼ਾਲਮਾਨਾ ਨਿਜ਼ਾਮ ਖੁਦ ਨੂੰ ਆਪਣੇ ਆਪ ਨੂੰ ਆਪ ਬਾਦਸ਼ਾਹ ਸਮਝਣਾ ਸ਼ੁਰੂ ਕਰਤਾ ਔਰ ਜਬਰ ਔਰ ਤਸ਼ੱਦਦ ਦਾ ਜਿਹੜਾ ਵਾ ਉਹਦਾ ਫਲ ਇਹਨੂੰ ਮਿਲਿਆ। ਅੱਲਾਹ ਤਾਲਾ ਜਿਹੜਾ ਵਾ ਉਹ ਵੀ ਉਹਨੇ ਦੇਖਿਆ ਕਿ ਇਹਨੇ ਖਲਕਤ ਦੇ ਉੱਤੇ ਅੱਤ ਖੁਦਾ ਦਾ ਵੈਰ ਜਿਹਨੂੰ ਕਹਿੰਦੇ ਆ ਉਹ ਅੱਤ ਖੁਦਾ ਦਾ ਵੈਰ ਜਿਹੜਾ ਚੁੱਕਿਆ, ਜਿੱਦਾਂ ਪਾਕਿਸਤਾਨ ਦੇ ਅੰਦਰ 28-30 ਮਹੀਨਿਆਂ ਤੋਂ ਜਿਹੜਾ ਅੱਤ ਖੁਦਾ ਦਾ ਵੈਰ ਚੁੱਕਿਆ ਆ, ਇਸ ਵਕਤ ਜਿਹੜਾ ਇੱਕ ਬਿਆਨੀਆਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹੜੀ ਉਹ ਖੌਫ ਆ ਉਹ ਮਹਿਸੂਸ ਕੀਤਾ ਜਾ ਰਿਹਾ ਕਿ ਕਿਤੇ ਬੰਗਲਾਦੇਸ਼ ਜਿਹੜਾ ਉਹ ਪਾਕਿਸਤਾਨ 'ਚ ਨਾ ਆ ਜਾਵੇ, ਨਾ ਇਸ ਹਕੂਮਤ ਨੂੰ ਡਰਨ ਦੀ ਲੋੜ ਆ। ਉਹ ਮਾਵਾਂ ਦੇ ਪੁੱਤਰ ਉਹ ਹੋਰ ਆ ਬੰਗਾਲੀ, ਉਹਨਾਂ ਨੇ ਜਦੋਂ ਵੀ ਸਟੈਂਡ ਲਿਆ ਇਹ ਪਾਕਿਸਤਾਨੀ ਕੌਮ ਆ, ਇਹਨੇ ਨਾ ਕਦੀ ਸਟੈਂਡ ਲਿਆ ਅਤੇ ਨਾ ਕੁਛ ਹੋਰ ਹੋਇਆ, ਇਹ ਖਾਮੋਸ਼
ਚੁੱਪ ਕੀਤੇ ਵਾਰਦਾਤ ਪਾਉਂਦੇ ਅਤੇ ਨੀਵੇਂ ਹੋ ਕੇ ਨਿਕਲਦੇ ਜਾਂਦੇ। ਅੱਲਾਹ ਤਾਲਾ ਸਭ ਦਾ ਮੁਹਾਫਜ਼।